ਰੂਸ ਅਤੇ ਯੂਕਰੇਨ ਦੇ ਵਿੱਚ ਲੱਗੀ ਜੰਗ ਨੂੰ ਅੱਜ 6ਵਾਂ ਦਿਨ ਹੋ ਗਿਆ ਹੈ ਪਰ ਹਾਲੇ ਵੀ ਜੰਗ ਜਾਰੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੱਲ ਆਪਣੀ ਪਰਮਾਣੂ ਟੀਮ ਨੂੰ ਅਲਰਟ ਤੇ ਕਰ ਦਿੱਤਾ ਸੀ। ਉਸ ਤੋਂ ਬਾਅਦ ਬੇਲਾਰੂਸ ਦੇ ਵਿੱਚ ਰੂਸ ਤੇ ਯੂਕਰੇਨ ਦੇ ਵਿਚਾਲੇ ਗੱਲਬਾਤ ਹੋਈ ਪਰ ਕਿਸੇ ਵੀ ਨਤੀਜੇ ਤੱਕ ਗੱਲਬਾਤ ਨਹੀਂ ਪਹੁੰਚ ਸકી। ਹੁਣ ਗੱਲਬਾਤ ਦਾ ਦੂਜਾ ਗੇੜ ਹੋਵੇਗਾ। ਕੱਲ ਵਾਲੀ ਮੀਟਿੰਗ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਪਰ 5 ਘੰਟੇ ਦੀ ਮੀਟਿੰਗ ਤੋਂ ਬਾਅਦ ਖਬਰ ਇਹ ਹੀ ਮਿਲੀ ਕਿ ਕੋਈ ਵੀ ਹੱਲ ਨਹੀਂ ਨਿਕਲਿਆ ਤੇ ਯੁੱਧ ਜਾਰੀ ਹੈ ਉਧਰ ਰੂਸ ਦੇ ਰੱਖਿਆ ਮੰਤਰੀ ਨੇ ਆਪਣੇ ਰਾਸ਼ਟਰਪਤੀ ਪੁਤਿਨ ਨੂੰ ਜਾਣਕਾਰੀ ਦੇ ਦਿੱਤੀ ਕਿ ਸਾਡੀਆਂ ਸਾਰੀਆਂ ਫੌਜਾਂ ਅਲਰਟ ਤੇ ਨੇ ਜ਼ਮੀਨੀ, ਹਵਾਈ, ਸਮੁੰਦਰੀ ਤੇ ਪਰਮਾਣੂ ਤਾਕਤਾਂ ਇਹ ਸਾਰੀਆਂ ਅਲਰਟ ਤੇ ਨੇ ਤਿਆਰ ਬਰ ਤਿਆਰ ਦੇ ਨੇ ਜਦੋਂ ਮਰਜ਼ੀ ਸਾਨੂੰ ਹੁਕਮ ਦੇ ਦਿਓ ਪੁਤਿਨ ਨੇ ਅਮਰੀਕਾ ਅਤੇ ਹੋਰ ਸਾਥੀ ਦੇਸ਼ਾਂ ਨੂੰ ਝੂਠ ਦੀ ਸਲਤਨਤ ਦੱਸਿਆ ਹੈ ਜਦਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਦੇ ਰੂਸੀ ਸੈਂਟਰਲ ਬੈਂਕ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਦੇ ਉੱਤੇ ਰੋਕ ਲਾ ਦਿੱਤੀ ਹੈ ਹੋਰ ਵੀ ਕਈ ਅਹਿਮ ਰੂਸੀ ਫੰਡਾਂ ਨੂੰ ਬਲੌਕ ਕਰ ਦਿੱਤਾ ਹੈ ਮਿੰਸਕ ਵਿੱਚ ਦੂਤਾਵਾਸ ਬੰਦ ਕਰਨ ਦੇ ਨਾਲ ਹੀ ਅਮਰੀਕਾ ਨੇ ਰੂਸ ਵਿੱਚਲੇ ਆਪਣੇ ਦੂਤਾਵਾਸ ਤੋਂ ਗੈਰ ਜ਼ਰੂਰੀ ਸਟਾਫ ਨੂੰ ਵਾਪਸ ਪਰਤਣ ਲਈ ਕਹਿ ਦਿੱਤਾ ਸੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਾਰਿਸ ਜான்ਸਨ ਨੇ ਕਿਹਾ ਹੈ ਕਿ ਬਰਤਾਨੀਆ ਰੂਸ ਤੇ ਜ਼ਿਆਦਾ ਤੋਂ ਜ਼ਿਆਦਾ ਦਬਾਅ ਬਣਾਉਣਾ ਜਾਰੀ ਰੱਖੇਗਾ ਤੇ ਪੁਤਿਨ ਹਰ ਹਾਲ ਦੇ ਵਿੱਚ ਫੇਲ ਹੋਵੇਗਾ ਜੰਗ ਦੀ ਗੱਲ ਕਰ ਲਈਏ ਤਾਂ ਹਾਲ ਹੀ ਵਿੱਚ ਸੈਟੇਲਾਈਟ ਤਸਵੀਰਾਂ ਜਾਰੀ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਾਫ਼ ਦਿਸ ਰਿਹਾ ਹੈ ਕਿ ਰੂਸੀ ਫੌਜ ਦਾ ਇੱਕ ਵੱਡਾ ਕਾਫਲਾ ਰਾਜਧਾਨੀ ਕੀਵ ਵੱਲ ਵੱਧ ਰਿਹਾ ਹੈ। ਇਹ ਕਾਫਲਾ ਰਾਜਧਾਨੀ ਕੀਵ ਤੋਂ ਲਗਭਗ 27 ਕਿਲੋਮੀਟਰ ਦੂਰ ਐਂਟੋਨੋਵ ਹਵਾਈ ਅੱਡੇ ਦੇ ਨੇੜੇ ਤੱਕ ਪਹੁੰਚ ਚੁੱਕਾ